ਹਾਂਜੀ ਨਮਸਕਾਰ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਟੀਚਿੰਗ ਗੁਰੂ ਦੇ ਉੱਤੇ ਤਾਂ ਅੱਜ ਆਪਾਂ ਗੱਲ ਕਰਾਂਗੇ ਜਿਹੜਾ ਐਸਆਈ ਦਾ ਪੇਪਰ ਹੋਇਆ ਹੈ ਅੱਜ ਤਾਂ ਉਹਦੇ ਵਿੱਚ ਜਿਹੜਾ ਕਿਹੜੇ ਜਿਹੇ ਕੁਐਸਚਨ ਜਿਹੜੇ ਹੈਗੇ ਨੇ ਪੁੱਛੇ ਗਏ ਨੇ ਪਹਿਲਾ ਤੇ ਦੂਜਾ ਦੋਨੋਂ ਪੇਪਰ ਬਾਰੇ ਆਪਾਂ ਗੱਲ ਕਰਾਂਗੇ ਕਿ ਕਿਹੜੇ ਕਿਹੜੇ ਜਿਹੜੇ ਸਬਜੈਕਟ ਦੇ ਵਿੱਚੋਂ ਕੀ ਕੀ ਕੁਐਸਚਨ ਜਿਹੜੇ ਹੈਗੇ ਨੇ ਉਹ ਆਏ ਹੋਏ ਨੇ ਤਾਂ ਚਲੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਇਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਜ਼ੋਰ ਪ੍ਰੈਸ ਕਰੋ ਜਿਸ ਨਾਲ ਆਉਣ ਵਾਲੀ ਵੀਡੀਓ ਦੀ ਨੋ ਤਾਂ ਭਾਜੀ ਜੀ ਕੇ ਤੋਂ ਸ਼ੁਰੂ ਕਰਦੇ ਆਂ ਕਹਿੰਦੇ ਜੀ ਕੇ ਈਜ਼ੀ ਸੀਗੀ ਠੀਕ ਐ ਪੋਲੀਟੀ ਬਿਲਕੁਲ ਸਿੰਪਲ گورنر ਦੇ ਪੈਥ ਰਿਲੇਟਡ ਜਿਹੜੇ ਕੁਐਸ਼ਨ ਸੀਗੇ ਉਹ ਪੁੱਛੇ ਹੋਏ ਸੀਗੇ ਦੋ ਤਿੰਨ ਕੁਐਸ਼ਨ ਜਿਹੜੇ ਐਂਸ਼ੀਅੰਟ ਹਿਸਟਰੀ ਤੋਂ ਪੁੱਛੇ ਹੋਏ ਸੀਗੇ ਦੋ ਤਿੰਨ ਜਿਹੜੇ ਹੈਗੇ ਨੇ ਮਾਡਰਨ ਦੇ ਕੁਐਸ਼ਨ ਸੀਗੇ ਐਨੀਮੀਆ ਗ੍ਰੀਨ ਹਾਊਸ ਜਿਹੜੇ ਗੈਸਿਸ ਹੁੰਦੀਆਂ ਨੇ ਉਹਨਾਂ ਦੇ ਉੱਤੇ ਕੁਐਸ਼ਨ ਆਏ ਹੋਏ ਸੀਗੇ ਆਪਾਂ ਨੇ ਪੀਟ੍ਰੀਪੀਐਸਬੀ ਬੋਰਡ ਦੇ ਵਿੱਚ ਵੀ ਦੇਖਿਆ ਹੋਇਆ ਕਿ ਗ੍ਰੀਨ ਹਾਊਸ ਗੈਸਿਸ ਤੇ ਜ਼ਰੂਰ ਇਹ ਕੁਐਸ਼ਨ ਇਹ ਪੁੱਛਦੇ ਹੁੰਦੇ ਨੇ ਐਨੀਮੀਆ ਬਿਮਾਰੀ ਹੈ ਜਿਹੜੀ ਉਹਦੇ ਉੱਤੇ ਕੁਐਸ਼ਨ ਆਏ ਹੋਏ ਸੀ ਸੈਂਸਸ 2011 ਦੇ ਰਿਲੇਟਡ ਜਿਹੜੀ ਕੁਐਸਚਨ ਸੀ ਉਹ ਆਏ ਹੋਏ ਸੀਗੇ ਪੰਜਾਬ ਜੀ ਕੇ ਗੁਰੂ ਦੇ ਪੀਰੀਅਡ ਜਿਹੜਾ ਟਾਈਮ ਪੀਰੀਅਡ ਆ ਉਹ ਆਏ ਹੋਏ ਸੀਗੇ ਦੋ ਕੁਐਸਚਨ ਸੀਗੇ ਇਹਦੇ ਰਿਲੇਟਡ ਕਿ ਕਿਹੜੇ ਗੁਰੂ ਕਿੰਨੇ ਤੋਂ ਕਿੰਨੇ ਸਮੇਂ ਤੱਕ ਕਾਰਜ ਕਰਉਂਦਾ ਰਿਹਾ ਸਕੀਮ ਰਿਲੇਟਡ ਟੂ ਗਰਲਸ ਹਾਇਰ ਸਟੱਡੀ ਇਹਦੇ ਰਿਲੇਟਡ ਸਕੀਮਸ ਆਈਆਂ ਹੋਈਆਂ ਸੀਗੀਆਂ ਇੱਕ ਕੁਐਸਚਨ ਜਿਹੜਾ ਹੈਗਾ ਐਥਿਕ ਦਾ ਆਇਆ ਹੋਇਆ ਸੀਗਾ ਮੈਥ ਦੇ ਵਿੱਚ ਸਿੰਪਲੀਫਿਕੇਸ਼ਨ ਡਿਵੀਜ਼ਿਬਿਲਟੀ ਰੂਲ ਟਾਈਮ ਐਂਡ ਵਰਕ ਡਿਸਟੈਂਸ ਅਲਜੇਬਰਾ ਇਹ ਜਿਹੜੇ ਹੈਗੇ ਨੇ ਟੌਪਿਕ ਇਹ ਪੁੱਛੇ ਗਏ ਸੀਗੇ ਪੰਜਾਬੀ ਜਿਹੜੀ ਹੈਗੀ ਹੈ ਕੈਂਡੀਡੇਟ ਕ ਚਾਰ ਪੰਜ ਐਂਟੋਨੀਮ ਸੈਨੋਨੀਮ ਜਿਹੜੇ ਹੈਗੇ ਪੁੱਛੇ ਗਏ ਸੀਗੇ ਤਾਂ ਇਹ ਸੀਗਾ ਕਿ ਜਿਹੜਾ ਕੁਐਸਚਨ ਆਪਣਾ ਜਿਹੜਾ ਪੇਪਰ ਹੁੰਦਾ ਪਹਿਲਾ ਉਹਦੇ ਵਿੱਚ ਕੀ ਕੀ ਜਿਹੜਾ ਕੁਐਸਚਨ ਹੈ ਉਹ ਪੁੱਛੇ ਜਾ ਸਕਦੇ ਨੇ ਆਪਾਂ ਨੂੰ ਪਤਾ ਵੀ ਪਹਿਲੇ ਪੇਪਰ ਦੇ ਵਿੱਚ ਪੋਲਿਟੀ ਆਉਂਦੀ ਹੁੰਦੀ ਹੈ ਮੈਥ ਆਉਂਦਾ ਹੁੰਦਾ ਤੇ ਨਾਲ ਆਪਣੀ ਪੰਜਾਬੀ ਹੈ ਠੀਕ ਹੈ ਪੰਜਾਬੀ ਦੇ ਵਿੱਚ ਐਂਟੋਨੀਮ ਸੈਨੋਨੀਮ ਆਪਾਂ ਜਿਹੜੇ ਹੈਗੇ ਕਹਿ ਸਕਦੇ ਆ ਇਹ ਪੁੱਛੇ ਹੋਏ ਸੀਗੇ ਉਸ ਤੋਂ ਬਾਅਦ ਮੈਂਸੂਰੇਸ਼ਨ ਦੇ ਵਿੱਚ ਦੇਖੋ ਮੈਂਸੂਰੇਸ਼ਨ ਦੇ ਵਿੱਚ ਕੌਨ ਸਫੇਅਰ ਸਫੇਅਰ ਹੋ ਗਿਆ ਸਕੁਅਰ ਹੋ ਗਿਆ ਰੈਕਟੈਂਗਲ ਹੋ ਗਿਆ ਸਿੰਪਲੀਫਿਕੇਸ਼ਨ ਇਹਨਾਂ ਦੇ ਜਿਹੜਾ ਹੈਗਾ ਤੁਸੀਂ ਫਾਰਮੂਲੇ ਯਾਦ ਕਰਕੇ ਜਾਣੇ ਆ ਅਗਲੇ ਪੇਪਰ ਦੇ ਵਿੱਚ ਵੀ ਇਹ ਦੇ ਰਿਲੇਟਡ ਜਿਹੜੇ ਕੁਸ਼ਚਨ ਪੁੱਛੇ ਜਾ ਸਕਦੇ ਨੇ ਟਾਈਮ ਐਂਡ ਵਰਕ ਦੇ ਕੁਸ਼ਚਨ ਹੋਗੇ ਐਵਰੇਜ ਸਪੀਡ ਹੋ ਗਿਆ ਪ੍ਰੋਫਿਟ ਲਾਸ ਹੋ ਗਿਆ ਸੀਪੀਐਸਪੀ ਹੋ ਗਿਆ ਸਿੰਪਲ ਇੰਟਰਸਟ ਕੰਪਾਊਂਡ ਇੰਟਰਸਟ ਮਿਊਚੁਅਲ ਫੰਡ ਇਨਵੈਸਟਮੈਂਟ ਵਿਦ ਐਸਆਈ ਠੀਕ ਹੈ ਰੇਸ਼ੋ ਪ੍ਰੋਪੋਰਸ਼ਨ ਦੇ ਮਿਕਸਚਰ ਬੇਸਡ ਜਿਹੜੇ ਕੁਸ਼ਚਨ ਸੀਗੇ ਮਿਕਸਚਰ ਐਂਡ ਡਿਲੀਗੇਸ਼ਨ ਵਾਲੇ ਕੁਸ਼ਚਨ ਉਹ ਤੁਸੀਂ ਕਰਕੇ ਜਾਣੇ ਆ ਡਿਵੀਜ਼ਿਬਿਲਟੀ ਰੂਲਸ ਯਾਦ ਰੱਖਣਾ 2 3 5 7 9 3, 11, ਅਲਜੇਬਰਾ ਦੇ ਕੁਐਸ਼ਨ ਤੁਸੀਂ ਕਰਨੇ ਹਨ 1 ਕੁਐਸ਼ਨ ਵਿਦ ਸਾਈਨ ਐਂਡ ਕੋਸ ਵੀ ਸੀਗਾ sin θ cos θ ਮੇਨ ਬੇਸਿਕ ਫਾਰਮੂਲੇ ਦਾ ਦੇਖ ਲੈਣਾ 1 ਕੁਐਸ਼ਨ ਵਿਦ ਪਾਵਰ ਇਨ ਨੈਗੇਟਿਵ ਫ੍ਰੈਕਸ਼ਨ ਪਾਵਰ ਨੈਗੇਟਿਵ ਫ੍ਰੈਕਸ਼ਨ ਦੇ ਵਿੱਚ ਦੇਰਖੀ ਸੀਗੀ ਤਾਂ ਉਹਨੂੰ ਤੋਂ ਆਪ ਫੋਨ ਕਰਕੇ ਉਹਨੂੰ ਪੋਜ਼ਿਟਿਵ ਬਣਾ ਕੇ ਕੁਐਸਚਨ ਜਿਹੜਾ ਹੈਗਾ ਸੋਲਵ ਕਰਨਾ ਸੀਗਾ ਕਰੰਟ ਅਫੇਅਰ 2020 ਤੇ ਜਿਆਦਾ 2021 ਵਿੱਚੋਂ ਸੀਗੇ 2022 ਤੇ 23 ਦੇ ਕਰੰਟ ਅਫੇਅਰ ਨਹੀਂ ਪੁੱਛੇ ਜਾ ਰਹੇ ਇਹ ਆਪਣਾ ਜਿਹੜਾ ਇਸ ਤੋਂ ਪਹਿਲਾਂ ਜਿਹੜਾ ਪੇਪਰ ਹੋਈ ਸੀਗੇ ਉਦੋਂ ਵੀ ਆਪਾਂ ਨੇ ਰਿਵਿਊ ਕੀਤਾ ਸੀਗਾ ਕਿ ਜਿਹੜਾ ਪੇਪਰ ਹੈ ਉਹ 2000 ਕਰੰਟ ਅਫੇਅਰ ਸਿਰਫ 2021 ਤੇ 22 ਦੇ 2022 21 ਤੇ 20 ਦੇ ਪੁੱਛੇ ਜਾ ਰਹੇ ਨੇ ਪੁਰਾਣੇ ਯਾਨੀ ਕਿ 22 23 ਨਵੇਂਆਂ ਦੇ ਵਿੱਚੋਂ ਨਹੀਂ ਪੁੱਛਿਆ ਜਾ ਰਿਹਾ ਗਲਸ এডਿਕੇਸ਼ਨ ਸਕੀਮ ਦੇ ਵਿੱਚ ਜੋ ਸੈਕਸ਼ਨ ਦੇ ਵਿੱਚੋਂ ਤਿੰਨ ਕੁਐਸਚਨ ਪਾਏ ਗਏ ਸੀਗੇ ਪੰਜਾਬੀ ਦੇ ਤਿੰਨ ਚਾਰ ਕੁਐਸਚਨ ਟਰਕੀ ਸੀਗੇ ਠੀਕ ਹੈ ਤੇ ਬਾਕੀ ਜਿਹੜਾ ਪੇਪਰ ਹੈ ਉਹ ਇਜ਼ੀ ਜਿਹੜਾ ਇਜ਼ੀ ਟੂ ਮੋਡਰੇਟ ਹੈ ਉਹ ਕਿਹਾ ਜਾ ਰਿਹਾ ਵੀ ਜਿਆਦਾ ਔਖਾ ਪੇਪਰ ਨਹੀਂ ਸੀਗਾ ਕਿਉਂਕਿ ਦੇਖੋ ਮੈਥ ਮੈਥ ਆਪਾਂ ਨੂੰ ਪਤਾ ਮੈਥ ਠੀਕ ਆਉਂਦਾ ਪੰਜਾਬੀ ਹੋਗੀ ਜੀਕੇ ਜੀਕੇ ਦਾ ਜਿਆਦਾ ਵੇਟੇਜ ਹੁੰਦਾ 50 ਨੰਬਰ ਦਾ ਤੇ ਉਹਦੇ ਵਿੱਚ ਹੀ ਜੇਕਰ ਆਪਾਂ ਨੂੰ ਉਹ ਆਪਣੀ ਚੰਗੀ ਤਰ੍ਹਾਂ ਕਲੀਅਰ ਹੋ ਜੇ ਤਾਂ ਆਪਾਂ ਨੂੰ ਉਮੀਦ ਰਹਿੰਦੀ ਹੈ ਕਿ ਆਪਣਾ ਜਿਹੜਾ ਨਾਮ ਹੈ ਉਹ ਵਧੀਆ ਆਪਣੇ ਨੰਬਰ ਆ ਜਾਣਗੇ ਤੇ ਲਿਸਟ 'ਚ ਨਾਮ ਆ ਸਕਦਾ ਹੈ ਠੀਕ ਹੈ ਜੀ ਇਹ ਸੀਗਾ ਜਿਹੜਾ ਪਹਿਲਾ ਪ ਹੁਣ ਜਦੋਂ ਦੂਜਾ ਪੇਪਰ ਹੋਊਗਾ ਆਪਾਂ ਦਾ ਤਾਂ ਇੱਕ ਤਰੀਕ ਨੂੰ ਇਹ ਦੂਜਾ ਪੇਪਰ ਤਾਂ ਉਦੋਂ ਉਦਾਂ ਰਿਵਿਊ ਜਿਹੜਾ ਹੈਗਾ ਲੈ ਕੇ ਆਵਾਂਗੇ ਕਿ ਕੀ ਉਹਦੇ ਵਿੱਚ ਕੁਸ਼ਨ ਜਿਹੜੇ ਹੈਗੇ ਨੇ ਪੁੱਛੇ ਜਾ ਰਹੇ ਨੇ ਠੀਕ ਹੈ ਤੇ ਬਾਕੀ ਤੁਹਾਨੂੰ ਬਾਕੀ ਸਾਰ ਕੁਝ ਟੀਚਿੰਗ ਗਰੁੱਪ ਦੇ ਅਫੀਸ਼ੀਅਲ ਚੈਨਲ ਐ ਇਹਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜੂਗਾ ਉੱਥੋਂ ਜਾ ਕੇ ਤੁਸੀਂ ਦੇਖ ਸਕਦੇ ਹੋ ਉੱਥੋਂ ਵੀ ਜਿਹੜੇ ਹੈਗੇ ਨੇ ਤੁਹਾਨੂੰ ਸਾਰ ਕੁਝ ਇਹਦੇ ਬਾਰੇ ਜਾਣਕਾਰੀ ਪਤਾ ਲੱਗ ਜੂਗੀ ਤੇ ਕਿਸੇ ਨੇ ਕੁਝ ਪੁੱਛਣਾ ਹੋਵੇ ਤਾਂ ਨੀਚੇ ਕਮੈਂਟ ਕਰਕੇ ਪੁੱਛ ਸਕਦਾ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਲਈ ਥੈਂਕ ਯੂ